ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਟੇਸਟੀ ਟੇਸਟੀ ਜਲੇਬੀ ਜਿਵੇਂ ਕਿ ਹੁਣ ਹੋਲੀ ਆਉਣ ਵਾਲੀ ਆ ਫਿਰ ਵਿਸਾਖੀ ਆਉਣ ਵਾਲੀ ਆ ਤੇ ਇਸ ਤਿਹਾਰਾਂ ਤੇ ਜਿਹੜਾ ਜਲੇਬੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਉਮੀਦ ਕਰਦੇ ਆ ਮੇਰੀ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਜ਼ਰੂਰ ਪਸੰਦ ਆਉਗੀ ਪਸੰਦ ਆਈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਚਲੋ ਜੀ ਆਪਾਂ ਸ਼ੁਰੂ ਕਰੀਏ ਲੋ ਜੀ ਆਪਾਂ ਸਕਲਾ ਲੈ ਲਿਆ ਉਹਦੇ ਵਿੱਚ ਆਪਾਂ ਇੱਕ ਕੌਲੀ ਮੈਦੇ ਦੀ ਲੈ ਲਈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਦੇਸੀ ਘਿਓ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਲਵਾਂਗੇ ਇੱਕ ਪੈਕਟ ਜਿਹੜਾ ਆਪਾਂ ਲੈ ਲੈਣਾ ਨਾ ਤਾਂ ਆਪਾਂ ਇਹਦੇ ਵਿੱਚ ਕੋਈ ਦਹੀਂ ਪਾਉਣਾ ਹੈ ਨਾ ਹੀ ਆਪਾਂ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਨਹੀਂ ਪਾਵਾਂਗੇ ਨਾ ਹੀ ਆਪਾਂ ਕੋਈ ਇਹਦੇ ਵਿੱਚ ਸੂਜੀ, ਚਾਵਲਾਂ ਦਾ ਆਟਾ ਕੋਈ ਵੀ ਆਪਾਂ ਇਸ ਤਰ੍ਹਾਂ ਦੀ ਚੀਜ਼ ਨਹੀਂ ਅਲੱਗ ਤੋਂ ਪਾਵਾਂਗੇ ਹੁਣ ਆਪਾਂ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਸਲ ਲੈਣਾ ਕਿਉਂ ਨੂੰ ਤੇ ਇਹਨੂੰ ਪੈ ਜਿਹੜਾ ਆਪਾਂ ਪਾਇਆ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਆਪਾਂ ਇੱਕ ਕੌਲੀ ਪਾਣੀ ਲੈ ਲੈਣੀ ਆ ਪਾਣੀ ਜਿਹੜਾ ਇਹ ਆਪਾਂ ਲੋੜ ਮੁਤਾਬਕ ਲੈਣਾ ਇੱਕਦਮ ਪਾਣੀ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਪਾਣੀ ਨੂੰ ਪਾਈ ਜਾਣਾ ਤੇ ਘੋਲਦੇ ਜਾਣਾ ਜਿਹੜਾ ਇਸ ਦਾ ਬੈਟਰ ਬਣਾਉਣਾ ਹੈ ਉਹ ਨਾ ਜ਼ਿਆਦਾ گاੜਾ ਹੋਣਾ ਚਾਹੀਦਾ ਤੇ ਨਾ ਹੀ ਬਾਲਾ ਲਿਕਵਿਡ ਪਤਲਾ ਹੋਣਾ ਚਾਹੀਦਾ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਆ ਦੇਖੋ ਇਹਨੂੰ 5-7 ਮਿੰਟ ਲਈ ਇਸ ਤਰ੍ਹਾਂ ਫੈਂਟ ਲੈਣਾ ਜਿੰਨਾ ਜ਼ਿਆਦਾ ਫੈਂਟ ਲੋਗੇ ਉਹ ਉਹਨਾਂ ਹੀ ਜ਼ਿਆਦਾ ਹੈ ਆਪਣੀਆਂ क्रिस्पी क्रारियां जलेबियां बनके तैयार ਹੋਣਗੀਆਂ। ਲੋ ਜੀ ਆਪਣਾ ਕੋਲ ਆ ਜਲੇਬੀਆਂ ਦਾ ਬਣ ਕੇ ਹੋ ਗਿਆ ਤਿਆਰ। ਹੁਣ ਆਪਾਂ ਇਸ ਨੂੰ 10 ਮਿੰਟ ਲਈ ਜਿਹੜਾ ਟਾਕੇ ਰੱਖ ਦਵਾਂਗੇ। ਓਨੇ ਦੇਰ ਆਪਾਂ ਚਾਸ਼ਨੀ ਬਣਾ ਕੇ ਤਿਆਰ ਕਰਦੇ ਹਾਂ। ਲੋ ਜੀ ਇਹਨੂੰ ਸਾਈਡ ਤੇ ਕਰ ਦਿੰਨੇ ਆ। ਹਾਂਜੀ ਇੱਧਰ ਆਪਾਂ सगला ਲੈ ਲਿਆ। ਜਿਹੜੀ ਕੌਲੀ ਆਪਾਂ ਮੈਦੇ ਦੀ ਲਈ ਸੀ ਓਹੀ ਡੇਢ ਕੌਲੀ ਆਪਾਂ ਖੰਡ ਦੀ ਲੈ ਲਈ। ਇੱਕ ਕੌਲੀ ਮੈਦੇ ਦੀ ਸੀ ਡੇਢ ਆਪਾਂ ਖੰਡ ਦੀ ਲੈ ਲਈਆ ਤੇ ਇਹਦੇ ਵਿੱਚ ਆਪਾਂ ਇੱਕ ਕੌਲੀ ਹੋਈ ਪਾਣੀ ਦੀ ਲਵਾਂਗੇ ਜਿਆਦਾ ਪਾਣੀ ਨਹੀਂ ਲੈਣਾ ਬਿਲਕੁਲ ਸਹੀ ਆ ਇਹ ਨਹੀਂ ਫਿਰ ਜਿੰਨਾ ਜ਼ਿਆਦਾ ਪਾਣੀ ਪਾ ਲਵੋਗੇ ਓਨਾ ਟਾਈਮ ਚਾਸ਼ਨੀ ਬਣਾਉਣ ਤੇ ਲੱਗੂਗਾ ਸਭ ਤੋਂ ਪਹਿਲਾਂ ਆਪਾਂ ਇਹਨੂੰ ਹਿਲਾ ਲੈਣਾ ਤਾਂ ਕਿ ਖੰਡ ਜਿਹੜੀ ਥੱਲੇ ਨਾ ਲੱਗੇ ਕੋਲ ਲੈਣਾ ਚਾशनी ਇਹਦੀ ਜਿਹੜੀ ਇੱਕ ਤਾਰ ਚਾशनी ਜਾਂ ਦੋ ਤਾਰ ਚਾशनी ਨਹੀਂ ਹੁੰਦੀ ਸਿਰਫ ਚਿਪਚਿਪੀ ਜੀ ਆਪਾਂ ਬਣਾਉਣੀ ਆ ਚਾशनी ਜਿਆਦਾ ਗਾੜੀ ਨਹੀਂ ਬਣਾਉਣੀ ਥਿੱਕ ਨਹੀਂ ਬਣਾਉਣੀ ਹੁਣ ਆਪਾਂ ਇਹਦੇ ਵਿੱਚ ਇੱਕ ਨਿੰਬੂ ਦਾ ਟੁਕੜਾ ਛੋਟਾ ਜਿਹਾ ਪੀਸ ਪਾ ਲਿਆ ਇਹਦੇ ਨਾਲ ਚਾशनी ਆ ਜਿਹੜੀ ਜੰਮਦੀ ਨਹੀਂ ਜਲੇਬੀਆਂ ਉੱਪਰ ਇਹ ਆਪਾਂ ਲੈ ਲਿਆ ਜੀ ਇਲਾਇਚੀ ਪਾਊਡਰ ਕੇਵੜਾ ਵੀ ਲੈ ਸਕਦੇ ਆ ਦੀ ਜਗ੍ਹਾ ਥੋੜਾ ਜਿਹਾ ਆਪਾਂ ਫੂਡ ਕਲਰ ਲੈ ਲਿਆ ਤੇ ਆਪਾਂ ਮੈਦੇ ਦੇ ਵਿੱਚ ਘੋਲ ਦੇ ਵਿੱਚ ਜਿਹੜਾ ਫੂਡ ਕਲਰ ਨਹੀਂ ਪਾਇਆ ਜੇਕਰ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਆ ਕਿਉਂਕਿ ਫਿਰ ਜਦੋਂ ਉਹਨਾਂ ਨੂੰ ਫਰਾਈ ਕਰੀਦਾ ਫਿਰ ਪਤਾ ਨਹੀਂ ਲੱਗਦਾਗਾ ਵੀ ਉਹ 골ਡਨ ਹੋ ਗਿਆਂ ਜਾਂ ਨਹੀਂ ਇਸ ਕਰਕੇ ਆਪਾਂ ਉਹਦੇ ਵਿੱਚ ਨਹੀਂ ਪਾਇਆ ਲਓ ਜੀ ਚਾਸ਼ਨੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਚਿਪਚਿਪੀ ਬਣ ਗਈ ਆ ਤੇ ਜਦੋਂ ਆਪਾਂ ਉਂਗਲ ਤੇ ਗੂਠੇ ਨੂੰ ਟੱਚ ਕਰਦੇ ਆ ਤਾਂ ਬਿਲਕੁਲ ਚਿਪਚਿਪੀ ਜੀ ਲੱਗਦੀ ਆ ਇੱਕ ਤੇਲ ਦੀ ਤਰ੍ਹਾਂ ਲਓ ਜੀ ਚਾਸ਼ਨੀ ਬਣ ਕੇ ਰੈਡੀ ਹੋ ਗਈ ਹੁਣ ਆਪਾਂ ਇੱਕ ਵਾਰ ਹੋਲ ਨੂੰ ਫੇਰ ਇਸ ਤਰ੍ਹਾਂ ਫੈਂਟ ਲੈਣੇ ਆ ਮੈਦੇ ਨੂੰ ਆ ਦੇਖੋ ਇਹਦੇ ਵਿੱਚ ਆਪਾਂ ਕੋਈ ਵੀ ਸੂਜੀ ਨਹੀਂ ਪਾਈ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਨਾ ਹੀ ਆਪਾਂ ਇਹਦੇ ਵਿੱਚ ਚੌਲਾਂ ਦਾ ਆਟਾ ਪਾਇਆ ਨਾ ਹੀ ਦਹੀਂ ਪਾਇਆ ਤੇ ਸਿਰਫ ਆਪਾਂ ਇੱਕ ਅਜਮਚ ਦੇਸੀ ਘਿਓ ਤੇ ਇੱਕ ਇਨੋ ਦਾ ਪੈਕਟ ਪਾਇਆ ਲਓ ਜੀ ਘੋਲ ਬਿਲਕੁਲ ਸਹੀ ਆ ਬਣ ਕੇ ਇਸ ਤਰ੍ਹਾਂ ਦਾ ਘੋਲ ਹੋਣਾ ਚਾਹੀਦਾ ਨਾ ਬਹੁਤ ਪਤਲਾ ਤੇ ਨਾ ਹੀ ਬਹੁਤ ਗਾੜਾ ਤੁਸੀਂ ਟਰਾਈ ਕਰਕੇ ਦੇਖਿਓ ਬਣਾ ਲਓਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਜਾਂਦੀ ਆ ਲਓ ਜੀ ਇੱਕ ਆਪਾਂ ਲਫਾਫਾ ਲੈ ਲਿਆਏ ਤੁਸੀਂ ਕੋਈ ਵੀ ਦੁੱਧ ਵਾਲਾ ਪੈਕਟ ਲੈ ਲਓ ਘਿਓ ਵਾਲਾ ਲੈ ਲਓ ਰਫਾਈਨਡ ਵਾਲਾ ਲੈ ਲਓ ਜੇਕਰ ਸੌਸ ਵਾਲੀ ਬੋਤਲ ਆ ਉਹ ਲੈ ਲਓ ਤੇ ਮੇਰੇ ਕੋਲੇ ਤਾਂ ਇਹੀ ਲਫਾਫਾ ਸੀਗਾ ਤੇ ਇਹਨੂੰ ਆਪਾਂ ਇੱਕ ਗਲਾਸ ਦੇ ਵਿੱਚ ਰੱਖ ਲਿਆ ਇੱਕ ਸਾਈਡ ਕਰਕੇ ਹੁਣ ਆਪਾਂ ਇਹਦੇ ਵਿੱਚ ਘੋਲ ਪਾਵਾਂਗੇ ਥੋੜਾ ਜਿਹਾ ਜ਼ਿਆਦਾ ਘੋਲ ਨਹੀਂ ਪਾਉਣਾ ਲਫਾਫੇ ਦੇ ਵਿੱਚ ਜਿੰਨਾ ਘੱਟ ਹੋਗਾ ਓਨੇ ਹੀ ਜ਼ਿਆਦਾ ਜਲੇਬੀ ਤੁਸੀਂ ਸੋਹਣੀ ਬਣਾ ਸਕੋਗੇ ਜੇ ਜ਼ਿਆਦਾ ਇਹਨੂੰ ਪਾ ਲਿਆ ਫਿਰ ਜਲੇਬੀ ਜਿਹੜੀ ਆ ਉਹਦੀ ਸ਼ੇਪ ਆ ਸੋਹਣੀ ਨਹੀਂ ਬਣਦੀ ਵੈਸੇ ਤਾਂ ਮੇਰੇ ਤੋਂ ਵੀ ਜ਼ਿਆਦਾ ਸੋਹਣੀਆਂ ਨਹੀਂ ਬਣਦੀਆਂ ਪਰ ਫਿਰ ਵੀ ਆਪਾਂ ਜਿਹੜੀਆਂ ਟੇਸਟੀ ਬਹੁਤ ਹੁੰਦੀਆਂ ਜਦੋਂ ਜਲੇਬੀਆਂ ਬਣਾਉਨੇ ਆ ਘਰ ਵਿੱਚ ਬਿਲਕੁਲ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਪਾਂ ਬਾਜ਼ਾਰੋਂ ਲੈ ਕੇ ਆਏ ਹੁੰਨੇ ਆ ਹਲਵਾਈ ਦੀਆਂ ਬਣਾਈਆਂ ਹੁੰਦੀਆਂ ਉਸੇ ਤਰ੍ਹਾਂ ਦਾ ਟੇਸਟ ਆ ਬਣ ਕੇ ਤਿਆਰ ਹੋ ਜਾਂਦਾ ਹੈ ਕ੍ਰਿਸਪੀ ਕਰਾਰੀਆਂ ਲੋ ਜੀ ਆ ਦੇਖੋ ਮੈਂ ਇੰਨਾ ਕੁ ਘੋਲ ਪਾਇਆ ਹੈ ਤਾਂ ਕਿ ਜਿਹੜੀ ਆਪਾਂ ਨੂੰ ਜਲੇਬੀ ਬਣਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਜ਼ਿਆਦਾ ਨਹੀਂ ਪਾਇਆ ਆਪਾਂ ਹੁਣ ਆਪਾਂ ਇਹਨੂੰ ਕੱਟ ਲੈਣਾ ਪਹਿਲਾਂ ਆਪਾਂ ਇਹਦੇ ਤੇ ਰਬੜ ਚੜਾ ਦਿੰਨੇ ਆ ਇਹਦੇ ਵਿੱਚ ਬਿਲਕੁਲ ਘੱਟ ਸਰਾਖ ਲਾਉਣਾ ਕਿਤੇ ਜ਼ਿਆਦਾ ਨਾ ਕੱਟ ਲੋ ਨਹੀਂ ਤਾਂ ਫਿਰ ਜਲੇਬੀ ਇਹ ਜਿਹੜੀ ਬਹੁਤ ਜ਼ਿਆਦਾ ਮੋਟੀ ਬਣੂਗੀ ਤੇ ਜੇਕਰ ਬਿਲਕੁਲ ਵੀ ਬਰੀਕ ਬਣ ਗਿਆ ਕੱਟ ਲਿਆ ਤਾਂ ਫਿਰ ਬਰੀਕ ਬਣਨਗੇ ਆ ਲੋ ਜੀ ਇੱਧਰ ਆਪਾਂ ਪੂਰਾ ਹਾਈ ਫਲੇਮ ਤੇ ਗਰਮ ਕਰ ਲਿਆ ਇਹ ਰਫਾਈਨਡ ਆਇਲ ਤੁਸੀਂ ਦੇਸੀ ਘਿਓ ਵੀ ਲੈ ਸਕਦੇ ਆ ਜਾਂ ਸੌਰੀ ਘਿਓ ਵੀ ਲੈ ਸਕਦੇ ਆ ਜਿਹਦੇ ਵਿੱਚ ਵੀ ਤੁਸੀਂ ਜਲੇਬੀ ਬਣਾ ਕੇ ਖਾਣਾ ਚਾਹੁੰਦੇ ਆ ਉਹੀ ਲੈ ਸਕਦੇ ਆ ਮੈਂ ਰਫਾਈਨਡ ਆਇਲ ਲਿਆਇਆ ਤੇ ਹੁਣ ਮੈਂ ਤੁਹਾਨੂੰ ਜਲੇਬੀਆਂ ਬਣਾ ਕੇ ਦਿਖਾ ਰਹੀ ਆ ਤੇ ਜਿਆਦਾ ਵਧੀਆ ਤਾਂ ਮੈਨੂੰ ਵੀ ਸ਼ੇਪ ਨਹੀਂ ਆਉਂਦੀ ਜੀ ਪਰ ਇਹ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਆ ਕ੍ਰਿਸਪੀ ਬਣਦੀਆਂ ਤੁਸੀਂ ਜ਼ਰੂਰ ਟਰਾਈ ਕਰਿਓ ਕਿਉਂਕਿ ਮੈਨੂੰ ਮਹਿੰਦੀ ਨਹੀਂ ਲਗਾਉਣੀ ਆਉਂਦੀ ਇਸ ਕਰਕੇ ਜਿਹਨਾਂ ਨੂੰ ਮਹਿੰਦੀ ਲਗਾਉਣੀ ਹੁੰਦੀ ਆ ਉਹਨਾਂ ਨੂੰ ਬਹੁਤ ਆਸਾਨ ਹੁੰਦਾ ਇਸ ਤਰ੍ਹਾਂ ਜਲੇਬੀ ਬਣਾਉਣਾ ਲਓ ਜੀ ਹੁਣ ਆਪਾਂ ਇਹਨਾਂ ਨੂੰ 골ਡਨ ਹੋਣ ਤੱਕ ਫਰਾਈ ਕਰ ਲੈਣਾ ਹਲਕਾ ਜਿਹਾ ਕਲਰ ਜਦੋਂ ਇਹਦਾ ਲਾਈਟ ਜਿਹਾ ਹੋ ਜਾਊਗਾ ਬਦਲ ਜਾਊਗਾ ਉਨਨੀਂ ਧੀਰ ਆਪਾਂ ਜਿਹੜਾ ਇਹਨੂੰ ਬਿਲਕੁਲ ਵੀ ਲਾਲ ਵੀ ਨਹੀਂ ਕਰਨੀ ਆ ਮੈਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਜਿਹੜੀਆਂ ਇਹਨਾਂ ਨੂੰ ਲਾਲ ਹੋਣ ਤੱਕ ਫਰਾਈ ਨਹੀਂ ਕਰਨਾ ਜਦੋਂ ਹਲਕਾ ਇਹਦਾ ਕਲਰ ਚੇਂਜ ਹੋ ਗਿਆ ਤੇ ਉਦੋਂ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਪਾ ਦਵਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਦਸਹਰੇ ਤੇ ਬਣਾ ਕੇ ਖਾਓ ਜਲੇਬੀਆਂ ਘਰ ਵਿੱਚ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਕੋਈ ਸਮਾਂ ਨਹੀਂ ਲੱਗਦਾ ਨਾ ਹੀ ਜ਼ਿਆਦਾ ਆਪਾਂ ਨੂੰ ਕੋਈ ਸਮਾਨ ਦੀ ਲੋੜ ਆ ਆ ਦੇਖੋ ਇਸ ਤਰ੍ਹਾਂ ਗੋਲ-ਗੋਲ ਘੁਮਾ ਲਓ ਸ਼ਾਇਦ ਤੁਸੀਂ ਇਹਨ ਮੇਰੇ ਨਾਲੋਂ ਵੀ ਜ਼ਿਆਦਾ ਸੋਹਣੀਆਂ ਬਣਾ ਲਓਗੇ ਮੈਨੂੰ ਪੂਰੀ ਤਰ੍ਹਾਂ ਸ਼ੇਪ ਨਹੀਂ ਬਣਾਉਣੀ ਆਉਂਦੀ ਵੈਸੇ ਵੀ ਕਹਿੰਦੇ ਹੁੰਦੇ ਆ ਜਲੇਬੀ ਕਦੇ ਸਿੱਧੀ ਨਹੀਂ ਹੁੰਦੀ ਟੇਡੀਆਂ ਮੇਡੀਆਂ ਹੀ ਹੁੰਦੀਆਂ ਇਹਨਾਂ ਦੇ ਵਿੱਚ ਤਾਂ ਵਾਲ ਹੀ ਹੁੰਦੇ ਆ ਜਲੇਬੀਆਂ ਚ ਲਓ ਜੀ ਗੈਸ ਨੂੰ ਜਿਹੜਾ ਹਾਈ ਫਲੇਮ ਰੱਖਣਾ ਏ ਲੋ మీడియం ਤੇ ਨਹੀਂ ਬਣਾਉਣੀਆਂ ਜੇਕਰ ਤੁਸੀਂ ਲੋ మీడియం ਤੇ ਬਣਾਵੋਗੇ ਤਾਂ ਤੁਹਾਡੀਆਂ ਜਲੇਬੀਆਂ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਨਹੀਂ ਬਣੂਗੀ ਉਹ ਚਪਟੀ ਬਣ ਜਾਊਗੀ ਤੇ ਪੂਰੀ ਤਰ੍ਹਾਂ ਫੁੱਲੂਗੀ ਨਹੀਂ ਲਓ ਜੀ ਇਹਨਾਂ ਕ ਇਹਨਾਂ ਨੂੰ ਫਰਾਈ ਕਰ ਲੈਣਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਚਾਸ਼ਨੀ ਦੇ ਵਿੱਚ ਇਹਨਾਂ ਨੂੰ ਪਾਉਣ ਸਾਰ ਜਿਹੜਾ ਇਸ ਤਰ੍ਹਾਂ ਡਬੋ ਦੇਣਾ ਲਓ ਜੀ ਮੈਂ ਪਹਿਲਾਂ ਬਣਾ ਕੇ ਜਿਹੜੀਆਂ ਤਿਆਰ ਕਰ ਲਈਆਂ ਤੇ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਬਣਾ ਕੇ ਸਿਰਫ ਜਿਹੜਾ ਆਪਾਂ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ 1 ਮਿੰਟ ਤੋਂ ਵੀ ਘੱਟ ਜਿਹੜਾ ਟਾਈਮ ਆਪਾਂ ਚਾਸ਼ਨੀ ਦੇ ਵਿੱਚ ਡਬੋ ਕੇ ਰੱਖਣੀ ਹੁੰਦੀ ਆ ਤੇ 1 ਮਿੰਟ ਸਕਿੰਟਾਂ ਤੱਕ ਫੇਰੇ ਪੂਰੀ ਤਰ੍ਹਾਂ ਜੂਸੀ ਹੋ ਜਾਣ। ਜੇ ਜ਼ਿਆਦਾ ਟਾਈਮ ਆਪਾਂ ਚਾਸ਼ਨੀ ਦੇ ਵਿੱਚ ਰੱਖਾਂਗੇ ਤਾਂ ਫੇਰੇ ਬਹੁਤ ਹੀ ਜ਼ਿਆਦਾ ਸੌਫਟ ਹੋ ਜਾਣੀਆਂ, ਕੋਲੀਆਂ ਹੋ ਜਾਣਗੀਆਂ। ਆ ਦੇਖੋ। ਲਓ ਜੀ। ਜਲੇਬੀ ਕਹਿੰਦੇ ਹੁੰਦੇ ਹਨ ਨਾ, ਜੇ ਕਿਸੇ ਚ ਵਾਲ ਹੋਣ ਤਾਂ ਕਹਿ ਦਿੰਦੇ ਆ ਜਲੇਬੀ ਜਿੰਨੇ ਵਾਲ ਆ ਇਸ ਬੰਦੇ 'ਚ। ਤੇ ਨਾਤਾ ਕੋਈ ਜਲੇਬੀ ਨੂੰ ਸਿੱਧਾ ਹੀ ਬਣਾ ਸਕਦਾ ਹੈ ਇਹ ਬਲਾਵਾਲੀ ਹੋਈ ਜਲੇਬੀ ਹੁੰਦੀ ਆ ਜਿਸ ਤਰ੍ਹਾਂ ਵੀ ਬੰਦਿਆ ਵਿੰਗੀ ਟੇਢੀ ਬਣਾ ਕੇ ਖਾਓ ਤੇ ਖੰਡ ਨਹੀਂ ਇਹਨਾਂ ਨੇ ਰਸੀਲੀਆਂ ਬਣਾਉਣਾ ਹੈ ਚਾਸ਼ਨੀ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਰਸੀਲੀ ਬਣਾ ਦੇਣਾ ਬਹੁਤ ਟੇਸਟੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਨੀ ਆ ਜਲੇਬੀ ਜੇ ਤੁਸੀਂ ਚਾਹੋ ਤਾਂ ਤਾਂ ਮੈਂ ਤਾਂ ਵੱਡਾ ਸਾਰਾ ਜਲੇਬੀ ਬਣਾਤਾ ਲਓ ਜੀ ਆਪਣਾ ਕੰਮ ਹੋ ਗਿਆ ਫਤਿਹ ਜਲੇਬੀਆਂ ਬਣਾਉਣ ਦਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਲਓ ਜੀ ਜਲੇਬੀਆਂ ਦਾ ਕਲਰ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣੀਆਂ ਜਲੇਬੀਆਂ ਤੁਸੀਂ ਵੀ ਟਰਾਈ ਕਰੋ ਬਣਾ ਕੇ ਖਾਓ ਤੇ ਆਪਣੇ ਪਰਿਵਾਰ ਨੂੰ ਬਣਾ ਕੇ ਖਵਾਓ ਮੇਰੇ ਨਾਲੋਂ ਵੀ ਤੁਸੀਂ ਜ਼ਿਆਦਾ ਵਧੀਆ ਬਣਾ ਲੋਗੇ ਹਾਂਜੀ ਕਿਵੇਂ ਲੱਗਿਆ ਮੇਰਾ ਅੱਜ ਜਲੇਬੀਆਂ ਬਣਾਉਣ ਦਾ ਤਰੀਕਾ ਹਾਂਜੀ ਵਧੀਆ ਲੱਗਿਆ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਹਾਂਜੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਆ ਜੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਠੀਕ ਆ ਜੀ ਓਕੇ ਬਾਏ ਬਾਏ